ਨਮਸਕਾਰ ਓਮ ਸ਼ਾਂਤੀ ਸਤਿਗੁਰੂ ਕਰਤਾ ਪ੍ਰਖਸ਼ਾਤ ਫਿਰ ਸੈਂ ਤੁਹਾਡਾ ਸਵਾਗਤ ਕਰਦੇ ਆਂ ਅੱਜ ਫਿਰ ਅਸੀਂ ਸਤਿਗੁਰੂ ਕਰਤਾ ਪ੍ਰਖਸ਼ ਆਪਣੇ ਜਿਹੜੇ ਜਿਹੜੇ ਸਾਡੇ ਭਾਈ ਸਾਹਿਬ ਹੈ ਨਿਰਵੇਰ ਭਾਈ ਸਾਹਿਬ ਉਹਨਾਂ ਤੇ ਅਸੀਂ ਪ੍ਰਸ਼ਨ ਕਰੂਗੇ ਤੇ ਉਹ ਸਾਡੇ ਪ੍ਰਸ਼ਨਾਂ ਦਾ ਹੱਲ ਦੇ ਦੇਉਗੇ ਆਈਏ ਸਵਾਗਤ ਕਰਦੇ ਆਂ ਸਤਿਗੁਰੂ ਕਰਤਾ ਪ੍ਰਖਸ਼ਾ ਸਾਡੇ ਪ੍ਰਾਤਾ ਨਿਰਵੇਰ ਭਾਈ ਸਾਹਿਬ ਸਤਿਗੁਰੂ ਕਰਤਾ ਪ੍ਰਖਸ਼ ਬਹੁਤ ਬਹੁਤ ਸਵਾਗਤ ਹੈ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ओम शांति सतरीय काल भाई साहब ਤੁਹਾਡੇ ਵੱਸ ਤੇ ਬਹੁਤ ਹੀ ਇੱਕ ਅੱਛਾ ਮੈਸੇਜ ਆਇਆ ਲੁਧਿਆਣਾ ਤੇ ਇੱਕ ਪਾਈ ਹੈ ਉਹ ਬੋਲਦੇ ਕਿ ਮੈਂ ਨਿਰਵੀਰ ਪਾਈ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ ਦਿੰਦਾ ਕਿ ਮੈਨੂੰ ਤੁਸੀਂ ਜਿਹੜੇ ਹੋਰ ਜਿਹੜੇ ਲੋਕੀ ਹੈ ਉਹਨਾਂ ਨੂੰ ਤੁਸੀਂ ਪ੍ਰਸ਼ਨਾਂ ਦਾ ਹੱਲ ਦਿੰਦੇ ਹੋਰ ਆਪਣੇ ਗਿਆਨ ਦੇ ਜਿਹੜਾ ਤੁਹਾਡੇ ਅੰਦਰ ਗਿਆਨ ਦਾ ਖਜ਼ਾਨਾ ਹੈ ਉਹ ਗਿਆਨ ਦੇ ਸਾਨੂੰ ਭਰਪੂਰ ਕਰਦੇ ਉਹ ਬਹੁਤ ਬਹੁਤ ਵਿਸ਼ੇ ਤੁਹਾਨੂੰ ਉਹਨਾਂ ਨੇ ਵੇਚੀ ਆ ਕੀ ਨਾ ਹੀ ਉਹਨਾਂ ਦਾ ਰਾਜੇਸ਼ ਰਾਜੇਸ਼ ਭਾਈ ਤੁਹਾਨੂੰ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਇਤਨਾ ਸਾਨੂੰ ਐਨਕੋਰੇਜਮੈਂਟ ਦਿੰਦੇ ਹੋ ਬਹੁਤ ਖੁਸ਼ੀ ਦੀ ਗੱਲ ਹੈ ਤੁਹਾਡਾ ਨਾ ਹੀ ਆ ਰਾਜੇਸ਼ ਸਤਿਯੁਗ ਤੋਂ ਲੈ ਕਰਕੇ ਕਲਯੁਗਾਂਤ ਤਾਈਂ ਦੇਖੋ हां महाराज आ राजा ही रहे ਤੁਸੀਂ ਬਹੁਤ ਖੁਸ਼ੀ ਹੋਈ ਹਾਂ ਜੀ ਜੀ ਭਾਈ ਸਾਹਿਬ ਅੱਜ ਇੱਕ ਈਮੇਲ ਚ ਪ੍ਰਸ਼ਨ ਆਇਆ ਸਾਨੂੰ ਕਿ ਸਾਖਸ਼ਾਤਕਾਰ ਤੇ ਧਿਆਨ ਚ ਕੀ ਅੰਤਰ ਹੈ ਸਾਖਸ਼ਾਤਕਾਰ ਡਿਵਾਈਨ ਵਿਜ਼ਨ ਹੈ ਜੀ ਦੇਵ ਦ੍ਰਿਸ਼ਟੀ ਹੂੰ ਦੇਵੇ ਦ੍ਰਿਸ਼ਟੀ ਦਾਤਾ ਦੇਵੇ ਅਕਸ਼ੂ ਵਿਦਾਤਾ ਉਹ ਤੇ ਪਰਮ ਪਿਤਾ ਪਰਮਾਤਮਾ ਹੈ ਹੂੰ ਕਿਸੇ ਕਿਸੇ ਆਤਮਾ ਨੂੰ ਕੋਈ ਗਿਆਨ ਦੀ ਜਾਂ ਯੋਗ ਦੀ ਜਾਂ ਦੇਵੀ ਗੁਣਾਂ ਦੇ ਧਾਰਨਾ ਦੀ ਕੋਈ ਗੱਲ ਹੂੰ ਹੂੰ ਵੈਸੇ ਸਮਝ ਨਾ ਆ ਰਹੀ ਹੋਏ ਤਾਂ ਹੋ ਸਕਦਾ ਉਹਨਾਂ ਨੂੰ ਉਹ দিব्य ਸਾਖਸਤਕਾਰ ਹੋਣ ਤੋਂ ਬਾਅਦ ਬਹੁਤ अच्छी ਤਰਾ ਆ ਜਾਏ ਹਮ ਪਰਮਾਤਮਾ ਪਿਤਾ ਦੇ ਵਾਹਿਗੁਰੂ ਦੇ ਜੋ ਵੀ ਮਨੁਸ ਆਤਮਾ ਦੇ ਬਾਰੇ ਚ ਜਾਂ ਮਨੁਸਾਤਮਾਨ ਦੇ ਨਾਲ ਜੋ ਉਹਨਾਂ ਦਾ ਸੰਬੰਧ ਹੈ ਉਹ ਦੇ ਬੇਸਿਸ ਤੇ ਉਹ ਹਰੇਕ ਆਤਮਾ ਨੂੰ ਗਿਆਨਵਾਨ ਬਣਾਉਣ ਵਾਸਤੇ ਬੁੱਧੀਵਾਨ ਬਣਾਉਣ ਵਾਸਤੇ ਬੜਾ ਚਮਤਕਾਰੀ ਕੰਮ ਕਰਦੇ ਨੇ ਚਮਤਕਾਰ ਦਾ ਮਤਲਬ ਇਹ ਨਹੀਂ ਹੈ ਕਿ ਕੋਈ ਜਾਦੂ ਟੂਣਾ ਕਰਨਾ ਹੀ ਲੇਕਿਨ ਸਾਕਸ਼ਾਤਕਾਰ ਦੇ ਜ਼ਰੀਏ ਵੀ ਕਿਸੇ ਕਿਸੇ ਭੈਣ ਜਾਂ ਭਾਈ ਨੂੰ ਈਸ਼ਵਰੀ ਗਿਆਨ ਕੀ ਹੈ ਆਤਮਾ ਦਾ ਪਰਿਚੇ ਪਰਮਾਤਮਾ ਪਿਤਾ ਦਾ ਪਰਿਚੇ ਦੋਨਾਂ ਦਾ ਆਪਸੀ ਸੰਬੰਧ ਇਹ ਸ੍ਰਿਸ਼ਟੀ ਚੱਕਰ ਦੇ ਬਾਰੇ ਵਿੱਚ ਵੀ ਗਿਆਨ ਕਰਮ ਕਰਮ ਵੀ ਕਰਮ ਸ੍ਰੇਸ਼ਟ ਕਰਮ ਉਹਦੀ ਗਹਿਨ ਗਤੀ ਉਹਦਾ ਗਿਆਨ ਇਹ ਸਾਰੀਆਂ ਗੱਲਾਂ ਉਹਦੇ ਚ ਆ ਜਾਂਦੀਆਂ ਈ ਤੇ ਉਹ ਜਦੋਂ ਕੋਈ ਦੇਵੇ ਦ੍ਰਿਸ਼ਟੀ ਦਾ ਵਰਦਾਨ ਜਿਹਨੂੰ ਮਿਲਦਾ ਈ ਉਹ ਇਸ ਸਰੀਰ ਤੋਂ ਨਿਆਰੇ ਹੋ ਕਰਕੇ ਅਵਿਅਕਤ ਫਰਿਸ਼ਤਾ ਸਵਰੂਪ ਚ ਬੈਠ ਕਰਕੇ ਇਹ ਗੱਲਾਂ ਉਹਨਾਂ ਦੇ ਉਹਨਾਂ ਨੂੰ ਇਹ ਪਤਾ ਲੱਗਦੀਆਂ ਔਰ ਜਿਸ ਵੇਲੇ ਕੋਈ ਆਪਣੇ ਉਸ ਟ੍ਰਾਂਸ ਚ ਜੈਨੇ ਕਹੀਏ ਧਿਆਨ ਚ ਹੁੰਦੇ ਨੇ ਉਸ ਵੇਲੇ ਇਸ ਦੁਨੀਆ ਚ ਕੀ ਹੋ ਰਹੀ ਹੈ ਉਹ ਤੋਂ ਉਹ ਪਰੇ ਹੁੰਦੇ ਆ ਤੇ ਇੱਕ ਵਰਦਾਨ ਹੈ ਜੋ ਪਰਮਾਤਮਾ ਦਾ ਕਿਉਂਕਿ ਉਹਨਾਂ ਨੂੰ ਕਿਹਾ ਹੀ ਜਾਂਦਾ ਹੈ ਦਿਵੇ ਦ੍ਰਿਸ਼ਟੀ ਦਾਤਾ ਦੇਵੇ ਚਕਸ਼ੂ ਵਿਦਾਤਾ ਦੇਵੇ ਬੁੱਧੀ ਵਿਦਾਤਾ ਹੂੰ ਹਾਂ ਤੇ ਜਿਹੜੇ ਧਿਆਨ ਚ ਬੈਠਦੇ ਉਹ ਉਹ ਵੀ ਸਾक्षातਕਾਰ ਕਰ ਸਕਦੇ ਧਿਆਨ ਚ ਬੈਠਦੇ ਬੰਨ ਜਿੱਦਾਂ ਅਸੀਂ ਯੋਗ ਕਰਦੇ ਮਤਲਬ ਜਿਹੜੇ ਭਗਤੀ ਮਾਰਗ 'ਚ ਮੰਤਰ ਦਾ ਜਾਪ ਕਰਦੇ ਉਹਨਾਂ ਨੂੰ ਜਿਹੜੇ ਦੇਵੀ ਦੇਵਤਾ ਦਾ ਉਹਨਾਂ ਨੂੰ ਹੋ ਵੀ ਹੁੰਦਾ ਜੀ ਉਹ ਜਿਹੋ ਜਿਹੋ ਜੀ ਪਰਮਾਤਮਾ ਦੇ ਵਾਹਿਗੁਰੂ ਦੇ ਜਾਂ ਸ਼ਿਬਾਬਾ ਦੇ ਮਹਾਵਾਕਿਆ ਹੈ ਗਿਆ ਹੈ ਕਿ ਜੋ ਜੋ ਜਿਸ ਭਾਵਨਾ ਨਾਲ ਮੈਨੂੰ ਯਾਦ ਕਰਦੇ ਆ ਬੜੀ ਸੱਚੀ ਦਿਲ ਨਾਲ ਯਾਦ ਕਰਦੇ ਆ ਔਰ ਬੜੀ ਗਹਿਨ ਭਗਤੀ ਵੀ ਕਰਦੇ ਆ ਤੇ ਉਹ ভক্তਾਂ ਦਾ ਵੀ ਮੈਂ ਉਹਨਾਂ ਦੀ ਗੱਲ ਸੁਣ ਕਰਕੇ ਤੇ ਉਹਨਾਂ ਦੀ ਮਨੋ ਕਾਮਨਾ ਪੂਰਨ ਕਰਦਾ ਹੂੰ ਜੋ ਜੋ ਜਿਸ ਭਾਵਨਾ ਨਾਲ ਜਿਸ ਦੇਵਤਾ ਦੀ ਆ ਪੂਜਾ ਕਰਦੇ ਨੇ ਆਵਾਨ ਕਰਦੇ ਨੇ ਉਸ ਤਾਂ ਉਹਨਾਂ ਨੂੰ ਸਾਖਿਆਤਕਰ ਕਰਾਉਂਦੇ ਨੇ ਜੀ ਤੇ ਉਹਦੇ ਵਿੱਚ ਇਹ ਜ਼ਰੂਰ ਕਹਿੰਦੇ ਆ ਕਿ ਜਿਸ ਭਾਵਨਾ ਨਾਲ ਉਹ ਜਿਸ ਦੀ ਪੂਜਾ ਕਰਦੇ ਉਹਨਾਂ ਨੂੰ ਉਸ ਦੇਵੀ ਦੇਵਤਾ ਦਾ ਸਾਖਸ਼ਾਤਕਾਰ ਕਰਾਉਨੇ ਆ ਪਰ ਮੈਂ ਨਹੀਂ ਮਿਲਦਾ ਮੈਂ ਜੋ ਹੂੰ ਜੈਸਾ ਹੂੰ ਜੋ ਮੇਰੇ ਮੁਝੇ ਮੇਰੇ ਯਥਾਰਥ ਰੂਪ ਕੋ ਜਾਣ ਕਰ ਮੇਰੇ ਸਾਥ ਯੋਗ ਯੁਕਤ ਹੋਤੇ ਹੈ ਉਹ ਯੋਗੀ ਮੇਰੇ ਪਰਮधाम ਕੋ ਪ੍ਰਾਪਤ ਕਰਦੇ ਹੂੰ ਜੀ ਤੇ ਪਾਜੀ ਵਿਕਰਮੋ ਔਰ ਵਿਅਰਥ ਕਰਮੋ ਦੇ ਭੋਗ ਦਾ ਵਿਧੀ ਵਿਧਾਨ ਕੀ ਹੈ ਵਿਕਰਮ ਜੀ ਨਾ ਉਹਦਾ ਤੁਹਾਨੂੰ ਸ਼ਬਦੀ ਜਰਾ ਉਹ ਤੋਂ ਹੀ ਪਤਾ ਲੱਗ ਜਾਂਦਾ ਮੈਂ ਜੀ ਕਰਮ ਜਿਹੜਾ ਵਿਕਾਰਾਂ ਦੇ ਵਸ਼ੀভূত ਹੋ ਕਰਕੇ ਕਰਮ ਕਰਦੇ ਆ ਉਹ ਵਿਕਰਮ ਹੈ ਔਰ ਵਿਕਰਮ ਕੋਈ ਅੱਛਾ ਤਾਂ ਹੁੰਦਾ ਹੀ ਨਹੀਂ ਹੈ ਉਹ ਤੇ ਦੁੱਖ ਹੀ ਦਿੰਦਾ ਫਿਰ ਖੁਦ ਨੂੰ ਵੀ ਦੁੱਖ ਦਿੰਦਿਆ ਦਿਨ ਔਰ ਦੂਸਰੇ ਨੂੰ ਵੀ ਦੁੱਖ ਦਿੰਦਿਆ ਤੇ ਉਹ ਤੇ ਹੋ ਗਿਆ ਵਿਕਰਮ ਉਹ ਵਿਅਰਥ ਕਰਮ ਹੈ ਕਿ ਜਿਹਦੇ ਚ ਕੋਈ ਦੂਸਰੇ ਨੂੰ ਕੋਈ ਦੁੱਖ ਨਹੀਂ ਦੇ ਰੇ ਖੁਦ ਨੂੰ ਦੁੱਖ ਵੀ ਨਹੀਂ ਦੇ ਰੇ ਲੇਕਿਨ ਬੈਠੇ-ਬੈਠੇ ਜਿਸ ਤਰ੍ਹਾਂ ਕੋਈ ਨਦੀ ਕਿਨਾਰੇ ਬੈਠਾ ਹੋਏ ਯਾ ਤਾ ਕੋਈ ਚੀਜ਼ ਲੈ ਕੇ ਐਵੇਂ ਹੀ ਪਾਣੀ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਕਰਦਾ ਰਹੇਗਾ ਇਹ ਨਹੀਂ ਕਿ ਉਹਦੇ ਇਹ ਕਰਨ ਦੇ ਨਾਲ ਪਾਣੀ ਕੋਈ ਵਹਿ ਰਹੀ ਪਾਣੀ ਤਾਂ ਵਹਿ ਹੀ ਰਹੀ ਪਰ ਉਹ ਆਪਣਾ ਟਾਈਮ ਆਪਣੇ ਉਹਦੇ ਚ ਲਗਾ ਦਿੰਦੇ ਆ ਵੇਸਟ ਕਰਦੇ ਆ ਵਿਰਥ ਜਾਂਦਾ ਹੀ ਉਹ ਇਸ ਕਰਕੇ ਇੱਕ ਇੱਕ ਸੈਕਿੰਡ ਦੀ ਜਿਹੜੀ ਕੀਮਤ ਹੈ ਇਸ ਵੇਲੇ ਇਸ ਪ੍ਰਸ਼ੋਤਮ ਸੰਗਮ ਯੁਗਤੇ ਇਹਦਾ ਬੜਾ ਹੀ ਸਾਨੂੰ ਖਿਆਲ ਰੱਖਣਾ ਪੈਂਦਾ ਬੜਾ ਧਿਆਨ ਰੱਖਣਾ ਪੈਂਦਾ ਕਿ ਅਸੀਂ ਆਪਣਾ ਸਮੇ ਜਿਹੜਾ ਹੀ ਇਤਨਾ ਵੈਲਿਊਏਬਲ ਹੈ ਸੰਗਮ ਯੁੱਗ ਦਾ ਇਹਨੂੰ ਵੇਸਟ ਨਾ ਕਰੀਏ ਵਿਅਰਥ ਨਾ ਗਵਾਈਏ ਜੀ ਤੇ ਵਿਅਰਥ ਕਰਮ ਦਾ ਭੋਗ ਕੀ ਅਸੀਂ ਵਿਅਰਥ ਕਰਮ ਦਾ ਹੋਰ ਕੁਝ ਨਹੀਂ ਹੈ ਇਟ ਇਜ਼ ਜਸਟ ਵੇਸਟ ਆਫ ਟਾਈਮ ਨੱਥਿੰਗ ਐਲਸਓ ਹੋਰ ਕੋਈ ਬੋਗ ਨਹੀਂ ਅੱਛਾ ਜੀ ਤੇ ਜਿਹੜੇ ਤੁਸੀਂ ਵਿਕਰਮਾ ਦੇ ਇਸ ਵੇਲੇ ਗੱਲ ਕੀਤੀ ਵਿਕਰਮ ਆਣੇ ਦਾ ਕਾਰਨ ਕੀ ਹੈ ਅਸੀਂ ਮਤਲਬ ਕੁਝ ਸੋਚ ਦੇਤਾ ਜਾਂ ਅਸੀਂ ਕੁਝ ਕਰ ਦੇਤਾ ਜਾਂ ਸਾਡੇ ਸੰਬੰਧ ਸੰਪਰਕ ਚ ਆਂਦੇ ਤਾਂ ਵਿਕਰਮ ਹੁੰਦਾ ਨਹੀਂ ਇਹ ਮਨ ਪਹਿਲੇ ਸੰਕਲਪ ਉਠਦਾ ਨਹੀਂ अच्छा जो संकल्प किसी ना किसी देवान्दे कारण दे अभिमान दे कारण या किसी विकार दे कारण अगर वो मन च संकल्प उठदाई तो वो जेड़ा संकल्प है वो ओनु असि नेगेटिव संकल्प कांक ਔਰ ਉਹ ਜਦੋਂ ਉੱਠੇਗਾ ਤੇ ਫਿਰ ਉਹਦੀ ਪਲੈਨਿੰਗ ਬੁੱਧੀ ਚ ਚਲਦੀ ਹੈ ਉਹ 네ਗੇਟਿਵ ਹੋਏਗੀ ਸਾਰੀ ਫਿਰ ਉਸ ਪਲੈਨ ਦੇ ਅਨੁਸਾਰ ਮਨੁਸ਼ ਕਰਮ ਕਰਦਾ ਹੀ ਉਹਦਾ ਫੋਰਸ ਬਹੁਤ ਹੁੰਦਾ ਹੀ ਜੀ ਜਾਣਦੇ ਹੋਏ ਵੀ ਵੀ ਇਹ ਗਲਤ ਕੰਮ ਹੈ ਪਰ ਉਹ ਆਪਣੇ ਆਪ ਨੂੰ ਰੋਕ ਨਹੀਂ ਸਕਦੇ ਹੂੰ ਹੂੰ ਔਰ ਉਹਦੇ ਵਿੱਚ ਵੀ ਕੋਈ ਇਹੋ ਜਿਹਾ ਕਰਮ ਇੱਕ ਵਾਰ ਹੋ ਗਿਆ ਦੋ ਵਾਰ ਹੋ ਗਿਆ ਫੇਰ ਉਹ ਸੰਸਕਾਰ ਬਣ ਜਾਂਦਾ ਸੰਸਕਾਰ ਬਣ ਜਾਂਦਾ ਤੇ ਫੇਰ ਉਹ ਇੱਕ ਪਾਸੇ ਪਛਤਾਪ ਹੋਏਗਾ ਹਮ ਪਰਮਾਤਮਾ ਤੋਂ ਮਾਫੀ ਵੀ ਮੰਗਣਗੇ ਹੱਥ ਜੋੜਨਗੇ ਨੱਕ ਵੀ ਨੱਕ ਵੀ ਨੱਕ ਮਸਤਕ ਵੀ ਹੋਣਗੇ ਸਭ ਕੁਝ ਕਰਨਗੇ ਲੇਕਿਨ ਫਿਰ ਵੈਸੇ ਦੇ ਵੈਸੇ ਜਿਸ ਤਰ੍ਹਾਂ ਸ਼ਰਾਬੀ ਦਾ ਇੱਕ ਮਿਸਾਲ ਦਿੰਦੇ ਨਾ ਕਿ ਸਵੇਰੇ ਤੋਬਾ ਤੋਬਾ ਕਰੇਗਾ ਸ਼ਾਮ ਨੂੰ ਦੇਖੇਗਾ ਠੇਕੇ ਤੇ ਕਿੱਥੇ ਜਾ ਕੇ ਪੀਣੀ ਹੈ ਹੂੰ ਤੇ ਉਹ ਉਹਨੂੰ ਆਦਤ ਪਈ ਹੋਈ ਹੈ ਪਰ ਉਹ ਆਦਤ ਜਿਹੜੀ ਆ ਉਹਦੇ ਬੁੱਧੀ ਨੂੰ ਇਤਨਾ ਕਮਜ਼ੋਰ ਕਰ ਦਿੰਦੀ ਹੈ ਬਹੁਤ ਕਮਜ਼ੋਰ ਕਰ ਦਿੰਦੀ ਆ ਕਿ ਉਹ ਰਾਈਟ ਨਿਰਣੇ ਨਹੀਂ ਲੈ ਸਕਦਾ ਹੂੰ ਆਪਣੇ ਆਪ ਨੂੰ ਰੋਕ ਨਹੀਂ ਸਕਦਾ ਤੇ ਇਹੋ ਜੇ ਟਾਈਮ ਤੇ ਕੋਈ ਉਹਨਾਂ ਨੂੰ ਰੋਕਣ ਵਾਸਤੇ ਕੋਈ ਸੰਗ ਚਾਹੀਦਾ ਕੋਈ ਗਿਆਨਵਾਨ ਹੂੰ ਇਹੋ ਜਿਹਾ ਸੰਗ ਮਿਲ ਜੇ ਜਿਹੜਾ ਉਹਨਾਂ ਨੂੰ ਥੋੜਾ ਗੱਲਾਂ 'ਚ ਲਗਾ ਕਰਕੇ ਉਸ ਟਾਈਮ ਨੂੰ ਪਾਸ ਕਰਦੇ ਹੂੰ ਉਹ ਟਾਈਮ ਪਾਸ ਹੋ ਜਾਏਗਾ ਨਾ ਫਿਰ ਉਹਦਾ ਮਨ ਆਪਣੇ ਆਪ ਹੀ ਬਦਲ ਜਾਏਗਾ ਹੂੰ ਹੂੰ ਤੇ ਮਨੁष्य ਵਿਕਰਮ ਕਿਉਂ ਕਰਦਾ ਹੈ ਤਾਂ ਤੁਸੀਂ ਦੱਸਤਾ ਪਰ ਇਹਦਾ ਨਿਵਾਰਣ ਕੀ ਹੈ ਅਸੀਂ ਵਿਕਰਮਤੇ ਦੂਰ ਕਿੱਦਾਂ ਜਾ ਸਕਦੇ ਆਂ ਦੇਖੋ ਵਿਕਰਮ ਕਰਨ ਦਾ ਮੂਲ ਕਾਰਨ ਤੇ ਅਗਿਆਨਤਾ ਹੈ ਅਗਿਆਨਤਾ ਤੇ ਅਗਿਆਨਤਾ ਦੇ ਕਾਰਨ ਇਹ ਸਭ ਕੁਝ ਹੋ ਰਿਹਾ ਜੋ ਦੁਨੀਆ 'ਚ ਇਤਨੀ ਪਾਪ ਆਚਾਰ ਔਰ ਲੋਗਾਂ ਦੇ ਵਿਕਰਮ ਹੋ ਰਹੇ ਨੇ ਹੁਣ ਅਸੀਂ ਜੋ ਜਿਹੜਾ ਨੇ ਈਸ਼ਵਰੀ ਗਿਆਨ ਲਿਆਈ ਭਗਤੀ 'ਚ ਵੀ ਜੀ ਕੋਈ ਭਗਤੀ ਅੱਛੀ ਕਰਦੇ ਆ ਗ੍ਰੰਥ ਸਾਹਿਬ ਦਾ ਪਾਠ ਕਰਦੇ ਆ ਕੋਈ ਗੀਤਾ ਦਾ ਪਾਠ ਕਰਦੇ ਆ ਕੋਈ ਕੁਰਾਨ ਸ਼ਰੀਫ ਸੁਣਦੇ ਐ ਕੁਛ ਵੀ ਮਤਲਬ ਤੇ ਉਹ ਜਿਹੜੀ ਅੱਛੀ ਗੱਲਾਂ ਐ ਆ ਆਦਮੀ ਦੇ ਵਾਸਤੇ ਉਹਦੇ ਚਰਿੱਤਰ ਨੂੰ ਸ਼੍ਰੇਸ਼ਟ ਬਣਾਉਣ ਵਾਸਤੇ ਹੂੰ ਹੂੰ ਉਹ ਅਗਰ ਕੋਈ ਥੋੜਾ ਜਿਹਾ ਪੜ ਲੇ ਸੁਣ ਲੇ ਤੇ ਉਹਦੇ ਕਰਕੇ ਥੋੜਾ ਵਿਚਾਰਾਂ 'ਚ ਫਰਕ ਪੈਣ ਲੱਗ ਪੈਂਦਾ ਈ ਹੂੰ ਔਰ ਨਹੀਂ ਤੇ ਫਿਰ ਪੰਜ ਵਿਕਾਰਾਂ ਦੇ ਵਸ਼ ਗਲਤੀ ਸੋਚਣਗੇ ਜੀ ਹਰ ਗੱਲ ਨੂੰ 네ਗੇਟਿਵ ਹੀ ਸੋਚਣਗੇ ਪੋਜ਼ਿਟਿਵ ਨਹੀਂ ਸੋਚਣਗੇ ਤੇ ਫਿਰ ਉਹ ਕੀ ਕਰ ਸਕਦੇ ਆ ਤੁਸੀਂ ਉਹਦੀ ਰਿਜ਼ਲਟ ਫਿਰ ਤੁਹਾਨੂੰ ਪਤਾ ਹੀ ਹੈ ਜੀ 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 ਬਈ ਜੈਸਾ ਕਰਮ ਜੋ ਕਰਮ ਜੈਸਾ ਕਰਮ ਕਰਨਗੇ ਉਹ ਵੈਸੇ ਹੀ ਉਹਦਾ ਫਲ ਵੀ ਵੈਸਾ ਮਿਲੇਗਾ ਫਿਰ ਜਿਹੋ ਜਿਆ ਕੋਈ ਬੀਜ ਬੋਏਗਾ ਉਹ ਹੋ ਜਾਈ ਉਹਦਾ ਰੁੱਖ ਬਣੇਗਾ ਔਰ ਉਹ ਫਲ ਮਿਲੇਗਾ ਇਸ ਕਰਕੇ ਗਿਆਨਵਾਨ ਆਤਮਾ ਕੋਈ ਵੀ ਕਰਮ ਕਰਦੇ ਆ ਤਾਂ ਕਰਮ ਕਰਨ ਤੋਂ ਪਹਿਲੇ ਸੋਚਦੇ ਆ ਉਹਦੇ ਆਦਿ ਮੱਧ ਅੰਤ ਦੇ ਬਾਰੇ ਔਰ ਉਸ ਕਰਕੇ ਉਹ ਆਪਣਾ ਜਿਹੜਾ ਉਹਨਾਂ ਦਾ ਕਰਮ ਹੋਏਗਾ ਉਹ ਸ੍ਰੇਸ਼ਟ ਕਰਮ ਕਰਨਗੇ ਜਾਨ ਬੂਝ ਕਰਕੇ ਕੋਈ ਜਿਹਨੂੰ ਗਿਆਨ ਹੈ ਇਸ ਚੀਜ਼ ਦਾ ਉਹ পাপ ਕਰਮ ਨਹੀਂ ਕਰੇਗਾ ਹਮ ਵਿਕਰਮ ਨਹੀਂ ਕਰੇਗਾ ਕਿਉਂਕਿ ਪਤਾ ਹੀ ਕਿ ਇਹਦਾ ਰਿਜ਼ਲਟ ਕੀ ਮਿਲਣਾ ਹੈ ਤੇ ਇਸ ਕਰਕੇ ਭਗਵਾਨ ਵੀ ਕਹਿੰਦੇ ਪਰਮਾਤਮਾ ਵੀ ਕਹਿੰਦੇ ਆ ਵਾਹਿਗੁਰੂ ਵੀ ਕਹਿੰਦੇ ਆ ਗਿਆਨੀ ਤੋਂ ਆਤਮਾ ਮੈਨੂੰ ਬਹੁਤ ਪ੍ਰੀਅ ਹੈਗੀ ਹੈ ਜਿਹੜੇ ਈਸ਼ਵਰੀ ਯਾਦ ਚ ਮਨ ਲਗਾਉਂਦੇ ਨੇ ਯੋਗ ਯੁਗਤ ਹੁੰਦੇ ਉਹ ਆਤਮਾ ਵਾਹਿਗੁਰੂ ਨੂੰ ਬੜੀ ਪ੍ਰੀਅ ਲੱਗਦੀ ਹੈ ਜੀ ਤੇ ਤੁਸੀਂ ਇਹਦੇ ਤੇ ਅੰਦਾਜ਼ ਲਗਾ ਸਕਦੇ ਹੋ ਕਿ ਜੋ ਲੋਕ ਜਿਸ ਤਰ੍ਹਾਂ ਸੰਤ ਹੁੰਦੇ ਆ ਕੁਝ ਤਪਸਵੀ ਹੁੰਦੇ ਆ ਤੇ ਉਹਨਾਂ ਦਾ ਸੁਭਾਅ ਬੜਾ ਸ਼ਾਂਤ ਹੁੰਦਾ ਹੈ ਉਹ ਬੜਾ ਹੀ ਮਿਠਾਸ ਹੁੰਦੀ ਉਹਨਾਂ 'ਚ ਉਹ ਬੜੇ ਪਿਆਰ ਨਾਲ ਗੱਲ ਕਰਨਗੇ ਬੜਾ ਪਵਿੱਤਰ ਦ੍ਰਿਸ਼ਟੀ ਰੱਖਣਗੇ ਹਰ ਚੀਜ਼ 'ਚ ਉਹਨਾਂ 'ਚ ਸਾਤਵਿਕਤਾ ਹੋਏਗੀ ਜੀ ਤੇ ਜਿੱਦਾਂ ਤੁਸੀਂ ਇਹ ਗੱਲ ਕੀਤੀ ਇਸੇ ਇੱਕ ਪ੍ਰਸ਼ਨ ਇਹ ਵੀ ਆਂਦਾ ਸਾਡਾ ਕਿ ਵਿਕਰਮ ਕਿਹ ਦੋ ਪ੍ਰਕਾਰ ਦੇ ਹੋ ਸਕਦੇ ਇੱਕ ਤਾਂ ਹੋਇਆ ਨੋਰਮਲ ਕਿਸੇ ਨੂੰ ਦੁਖੀ ਨਾ ਦੇ ਕਰਨਾ ਪਾਪ ਨਾ ਕਰਨਾ ਇੱਕ ਹੁੰਦਾ ਪਿਓਰਿਟੀ ਪਵਿੱਤਰਤਾ ਤੇ ਦੋਨੋਂ ਦੇ ਬਾਰੇ ਵਿੱਚ ਕੀ ਬੋਲ ਸਕਦੇ ਤੁਸੀਂ ਪਿਓਰਿਟੀ ਅਗਰ ਕੋਈ ਆਬਜ਼ਰਵ ਕਰੇਗਾ ਤੇ ਉਹਦਾ ਮਨ ਪਾਵਨ ਹੋ ਜਾਏਗਾ ਹੂੰ ਹੂੰ ਉਹਨੂੰ ਫਾਇਦਾ ਹੋ ਜਾਏਗਾ ਜੀ ਅਗਰ ਉਹ ਇੰਪਿਅਰ ਥਿੰਕਿੰਗ ਰੱਖੇਗਾ ਹਾਂ ਤੇ ਉਹਦੇ ਚ ਟਾਈਮ ਵੇਸ ਟਾਈਮ ਵੇਸ ਹੋਏਗਾ ਹੂੰ 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 ਔਰ ਅਗਰ ਇੰਪਿਅਰ ਦ੍ਰਿਸ਼ਟੀ ਰੱਖੇਗਾ ਤੇ ਉਹਦਾ ਅਸਰ ਮਨ ਤੇ ਹੋਏਗਾ ਹਾਂ ਫਿਰ ਨੀਂਦ ਵੀ ਨਹੀਂ ਆਏਗੀ ਉਹੀ ਵਿਚਾਰ ਚੱਲਦੇ ਰਹਿਣਗੇ ਅਗਰ ਕਿਤੇ ਕਰਮ ਕਰ ਲਿਆ ਤੇ ਫਿਰ ਕਰਮ ਕਰਨ ਕਰਨ ਵੇਲੇ ਤੇ ਆਤਮਾ ਸੁਤੰਤਰ ਹੈ ਹਮ ਲੇਕਿਨ ਕਰਮ ਕਰਨ ਤੋਂ ਬਾਅਦ ਅਗਰ ਉਹ ਵਿਕਰਮ ਕੀਤਾ ਤੇ ਉਹ ਪਛਤਾਪ ਹੋਏਗਾ ਪਛਤਾਪ ਖਾਂਦਾ ਹੀ ਰਹੇਗਾ ਉਹ ਹਮ ਕਿਤਨਾ ਵੀ ਆਪਣੇ ਆਪ ਨੂੰ ਉਹ ਹਸਾਉਣ ਦੀ ਕੋਸ਼ਿਸ਼ ਕਰੇ ਉਹ ਬਹਲਾਉਣ ਦੀ ਕੋਸ਼ਿਸ਼ ਕਰੇ ਲੇਕਿਨ ਉਹ ਜਿਹੜੀ ਅੰਦਰ ਤਲਖੀ ਜਿਹਨੂੰ ਕਿਹਾ ਜਾਂਦਾ ਨਾ ਉਹ ਨੂੰ ਖੁਸ਼ੀ ਚ ਨਹੀਂ ਆਉਂਦੀ ਅੱਛਾ ਉਹਦਾ ਇੱਕ ਹੀ ਇਲਾਜ ਹੈ ਕਿ ਉਹਨੂੰ ਅੱਛੀ ਤਰ੍ਹਾਂ ਮਹਿਸੂਸ ਕਰਕੇ ਰਿਅਲਾਈਜ਼ ਕਰਕੇ ਔਰ ਆਪਣੇ ਮਨ ਚੋਂ ਉਹਨੂੰ ਤਿਆਗ ਕਰਨ ਦਾ ਸੰਕਲਪ ਕਰੇ ਹੂੰ 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 ਤਾਂ ਉਹਦੇ ਵਾਸਤੇ ਇੱਕ ਸ਼ਿਵ ਬਾਬਾ ਦੇ ਨਾਂ ਤੇ ਪੱਤਰ ਲਿਖੇ ਪੱਤਰ ਚ ਇੱਕ ਖਾਸ ਆਪਣੀ ਰਿਅਲਾਈਜੇਸ਼ਨ ਲਿਖੇ ਕਿ ਇਹ ਚੀਜ਼ ਜਿਹੜੀ ਮੈਂ ਮੇਰੇ ਅੰਦਰ ਕਮੀ ਹੈ ਕਮਜ਼ੋਰੀ ਹੈ ਇਹਦੇ ਕਰਕੇ ਮੈਂ ਬਹੁਤ ਦੁਖੀ ਹੋ ਰਹੀ ਆਂ ਤੇ ਅੱਜ ਮੈਂ ਇਹ ਤੁਹਾਨੂੰ ਦਾਨ ਚ ਦੇ ਦੇਣਾ ਹੂੰ ਜਦੋਂ ਦਾਨ ਦੇ ਦੇਣਗੇ ਸ਼ਿਵ ਬਾਬਾ ਨੂੰ ਤੇ ਉਹ ਸ਼ੇ ਬਾਬਾ ਦੀ ਫਿਰ ਸ਼ਕਤੀ ਉਹਨਾਂ ਨੂੰ ਮਿਲੇਗੀ। ਹੂੰ। ਔਰ ਉਸ ਤੋਂ ਬਾਅਦ ਆਪ ਦੇਖੋ ਚੇਂਜ ਆ ਜਾਏਗੀ। ਫਿਰ ਉਹ ਆ ਹਿਸਤਾ ਹਿਸਤਾ ਆਤਮਾ ਨੂੰ ਪਵਿੱਤਰਤਾ ਦੀ ਸ਼ਕਤੀ ਪਰਮਾਤਮਾ ਕੋਲੋਂ ਜਿਹੜੀ ਮਿਲਦੀ ਜਾਂਦੀ ਹੈ ਤੇ ਫਿਰ ਚਿਹਰੇ ਤੇ ਰੌਣਕ ਬਦਲਦੀ ਜਾਏਗੀ। ਹੂੰ ਹੂੰ। ਤੁਸੀਂ ਜਾਈ ਜਣੋ। ਜੀ ਭਾਈ ਸਾਹਿਬ। ਕੀ ਆ ਤੁਸੀਂ ਇਹ ਵਿਕਾਰਾਂ ਨੂੰ ਦੂਰ ਕਰਨੇ ਵਾਸਤੇ ਨਿਵਾਰਣ ਦੱਸਦੇ ਇਹਦੇ ਵਾਸਤੇ ਅਸੀਂ ਕੁਝ ਥੋੜਾ ਆਪਣੀ ਆਤਮਾ ਦੇ ਵਾਸਤੇ ਪ੍ਰਮਾਤਮਾ ਨੂੰ ਯਾਦ ਕਰਨ ਦੀ ਕੋਈ ਵਿਧੀ ਹੈ ਕਰਕੇ ਸਹਿਜ ਰਾਜ ਯੋਗ ਦੀ ਵਿਧੀ ਜੀ ਸਹਿਜ ਮਤਲਬ ਤਕਲੀਫ ਕੋਈ ਨਹੀਂ ਸਹਿਜ ਰਾਜ ਜੀ ਬਿਲਕੁਲ ਰਿਲੈਕਸ ਹੋ ਕਰਕੇ ਕੋਈ ਬੈਠ ਜਾਏ ਜੀ ਸ਼ਾਂਤੀ ਨਾਲ ਔਰ ਆਪਣੇ ਆਪ ਨੂੰ ਥੋੜਾ ਗਿਆਨ ਦੇ ਆਧਾਰ ਤੇ ਯਾਦ ਦਿਲਾਏ ਹੂੰ ਹੂੰ ਕੀ ਯਾਦ ਦਿਲਾਏ ਆਪਣੇ ਆਪ ਨੂੰ ਤੁਸੀਂ ਕਹਿਣਗੇ ਇਹ ਤੇ ਬੱਚਿਆਂ ਵਾਲੀਆਂ ਗੱਲਾਂ ਕਰ ਰਹੇ ਹੋ ਨਹੀਂ ਜੀ ਯਾਦ ਇੱਕ ਮਤਲਬ ਪਹਿਲੇ ਸਮਝਦੇ ਆਧਾਰ ਤੇ ਅੱਛੀ ਤਰ੍ਹਾਂ ਪਹਿਲੇ ਸਮਝਣਾ ਪੈਂਦਾ ਜੀ ਕਿ ਅਗਰ ਮੈਂ ਆਪਣੇ ਆਪ ਨੂੰ ਇਸ ਸ਼ਰੀਰ ਚ ਹੁੰਦਿਆ ਹੋਇਆ ਲੇਕਿਨ ਇੱਕ ਜੋਤੀ ਸਵਰੂਪ ਆਤਮਾ ਜਾਣੋ ਹਾਂ ਗੁਰਬਾਣੀ ਚ ਵੀ ਆਉਂਦਾ ਹੈ ਮਨ ਤੂੰ ਜੋਤ ਸਰੂਪ ਹੈ ਜੋਤ ਸਰੂਪ ਹੈ ਆਪਣਾ ਰੂਪ ਪਹਿਚਾਨ ਹੁਣ ਜੋਤ ਸਵਰੂਪ ਆਤਮਾ ਜਿਹੜੀ ਹੈ ਗਿਆਨ ਹੁੰਦਾ ਹੀ ਪਰ ਉਹ ਦੀ ਸਥਿਤੀ ਚ ਨਹੀਂ ਰਹਿੰਦੇ। ਹਾਂ। ਅਗਰ ਆਪਣੇ ਆਪ ਨੂੰ ਜੋਤੀ ਸਰੂਪ ਆਤਮਾ ਸਮਝੇ ਕੋਈ। ਹੁਣ ਜੋਤੀ ਦੇ ਕਈ ਰੂਪ ਹੈਗੇ ਆ। ਦੀਪਕ ਵੀ ਜਲਦਾਈ ਉਹ ਵੀ ਜੋਤੀ ਹੈ, ਲੈਂਪ ਜਲਦੀ ਹੈ ਉਹ ਵੀ ਜੋਤੀ ਹੈ। ਟਾਰਚ ਤੁਸੀਂ ਕਿਸੇ ਨੂੰ ਦਿਖਾਓ ਉਹਦੇ ਚ ਵੀ ਜੋਤੀ ਹੈ। ਸਾਰੇ ਰਾਤ ਨੂੰ ਦੇਖੀ ਦਿਓ ਉੱਥੇ ਵੀ ਜੋਤੀ ਹੈ ਚੰ드ਰਮਾ ਨੂੰ ਦੇਖੋ ਉਹਦੇ 'ਚ ਵੀ ਜੋਤੀ ਹੈ ਸੂਰਜ ਚ ਦੇਖੋ ਉਹਦੇ 'ਚ ਵੀ ਜੋਤੀ ਹੈ ਸਭ ਕੁਝ ਹੈ ਲੇਕਿਨ ਬਾਬਾ ਨੇ ਜੋ ਸਾਨੂੰ ਜਿਹੜਾ ਗਿਆਨ ਦਿੱਤਾ ਈ ਉਹਦੇ 'ਚ ਬਾਬਾ ਨੇ ਬਹੁਤ ਪਿਆਰ ਨਾਲ ਕਿਹਾ ਈ ਕਿ ਹਰ ਆਤਮਾ ਜਿਹੜੀ ਹੈ ਉਹ ਇੱਕ ਬੜੇ ਚਮਕਦੇ ਹੋਏ ਤਾਰੇ ਦੀ ਤਰ੍ਹਾਂ ਹੈ। ਜੋਤੀ ਬਿੰਦੂ ਸਵਰੂਪ ਜਨੂ ਕਹਿੰਦੇ। ਹੁਣ ਬਿੰਦੂ ਛੋਟਾ ਜਾਓ ਕਨਸੈਪਚੁਅਲਾਈਜ਼ ਕਰਨਾ ਬੜਾ ਮੁਸ਼ਕਿਲ ਹੈ। ਜੀ। ਇਸ ਕਰਕੇ ਲਾਈਟ ਦਾ ਜਿਹੜਾ ਇੱਕ ਸਵਰੂਪ ਬਣਦਾ ਹੀ ਨਾ ਉਹ ਅੰਗੁਸ਼ਠਾਕਾਰ ਬਣਦਾ ਹੀ। ਹਾਂਜੀ। ਇਸ ਕਰਕੇ ਓਵਲ ਸ਼ੇਪਡ ਤੁਸੀਂ ਦੇਖਣਗੇ ਉਹ ਕਿ ਉਹਨਾਂ ਦੀ ਨਿਸ਼ਾਨੀ ਸ਼ਿਵਲਿੰਗ ਔਰ ਸਾਲੀਗ੍ਰਾਮ ਸ਼ਿਵ ਦੇ ਮੰਦਰ ਚ ਪੂਜਾ ਜਾਂਦਾ ਹੈ ਉਹ ਉਸ ਸਵਰੂਪ ਚ ਪੂਜੇ ਜਾਂਦੇ ਨੇ ਤੇ ਉਹ ਸੋਲਿਡ ਬਣਿਆ ਹੋਇਆ ਆਤਮਾ ਜਿਹੜੀ ਆ ਉਹ ਬਿਲਕੁਲ ਸੂਖਸ਼ਮ ਹੈ ਜਿਹਨੂੰ ਕਿਹਾ ਜਾਂਦਾ ਏ ਕਿ ਉਹ 6th ਐਲੀਮੈਂਟ ਦੀ ਬਣੀ ਹੋਈ ਹੈ 6th ਐਲੀਮੈਂਟ ਐਲੀਮੈਂਟ ਬਲੋ ਲਾਈਟ ਥੇ ਵਿਲ ਲਾਈਟ ਡਿਵਾਈਨ ਲਾਈਟ ਤੇ ਡਿਵਾਈਨ ਲਾਈਟ ਦੀ ਬਣੀ ਹੋਈ ਲੇਕਿਨ ਜਦੋਂ ਅਸੀਂ ਆਤਮਾ ਕਹਿੰਨੇ ਆ ਤਾਂ ਕੋਈ ਤੇ ਉਹਦਾ ਰੂਪ ਹੋਏਗਾ ਨਾ ਜਰੂਰ ਤੇ ਉਹ ਸਟਾਰ ਲਾਈਕ ਰਾਤ ਨੂੰ ਜਿਸ ਤਰ੍ਹਾਂ ਤਾਰੇ ਦੇਖਦੇ ਆ ਹੂੰ ਤੇ ਆਪਣੇ ਆਪ ਨੂੰ ਅਗਰ ਕੋਈ ਥੋੜਾ ਸ਼ਾਂਤੀ ਨਾਲ ਬੈਠ ਕਰਕੇ ਆਪਣੇ ਸਵਰੂਪ ਨੂੰ ਹੀ ਮਨ 'ਚ ਉਤਾਰਨ ਦੀ ਕੋਸ਼ਿਸ਼ ਕਰੇ ਕਿ ਮੈਂ ਜੋਤੀ ਸਵਰੂਪ ਆਤਮਾ ਹੈ। ਔਰ ਮੈਂ ਸ਼ਿਵ ਪਰਮਾਤਮਾ ਦੀ ਅਨਾਦੀ ਅਵਿਨਾਸ਼ੀ ਸੰਤਾਨ ਹੈ। ਅਨਾਦੀ ਉਹ ਵੀ ਅਨਾਦੀ ਹੈ ਪਰਮਾਤਮਾ ਵੀ ਅਨਾਦੀ ਹੈ ਤੇ ਅਸੀਂ ਉਹਨਾਂ ਦੀ ਸੰਤਾਨ ਵੀ ਅਨਾਦੀ ਆ ਤੇ ਉਸ ਗੱਲ ਨੂੰ ਪੱਕਾ ਕਰਿਆ ਆਪਣੇ ਮਨ 'ਚ ਕਿ ਮੈਂ ਆਤਮਾ ਔਰ ਫਿਰ ਆਪਣਾ ਜਿਹੜਾ origignal ਸਵਰੂਪ ਹੈ ਆਤਮਾ ਦਾ ਉਹ ਪਾਵਨ ਆਤਮਾ ਹੈ ਜਦੋਂ ਇਸ ਸ੍ਰਿਸ਼ਟੀ ਤੇ ਨਹੀਂ ਆਏ ਸੀ ਅਸੀਂ ਪਰਮ ਧਾਮ ਚ ਆਪਣੇ ਪਰਮਾਤਮਾ ਪਿਤਾ ਦੇ ਨਾਲ ਸਵੀਟ ਹੋਮ ਚ ਨਿਵਾਸ ਕਰਦੇ ਸੀ ਤੇ ਅਸੀਂ ਬਿਲਕੁਲ ਪਾਵਨ ਆਤਮਾ ਦੇ ਰੂਪ ਚ ਉੱਥੇ ਨਿਵਾਸ ਕਰਦੇ ਸੀ ਔਰ ਉਹ ਉਥੋਂ ਫਿਰ ਅਸੀਂ ਇਸ ਸ੍ਰਿਸ਼ਟੀ ਤੇ ਆ ਕੇ ਬਹੁਤ ਅੱਛਾ ਪਹਿਲੇ ਪਾਵਨ ਸੰਸਕਾਰਾਂ ਦਾ 파ਟ ਬਜਾਇਆ ਹੂੰ 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 ਦੇਵੀ ਦੇਵਤਾ ਦੇ ਰੂਪ ਚ ਜੀ ਜੀ ਸਤਯੁਗ ਤ੍ਰੇਤਾ ਚ ਫਿਰ ਦਵਾਪੁਰ ਚ ਦਵਾਪੁਰ ਤੋਂ ਲੈ ਕੇ ਥੋੜਾ ਥੋੜਾ ਘਟ ਗਏ ਤੇ ਹੁਣ ਫੇਰ ਸਾਨੂੰ ਸ਼ੇ ਬਾਵਾ ਯਾਦ ਦਿਲਾਉਂਦਾ ਹੀ ਕਿ ਤੁਸੀਂ ਅਸਲ ਚ ਉਸ ਪਿਤਾ ਪਰਮਾਤਮਾ ਦੇ ਬੱਚੇ ਹੈਗੇ ਉਹਨਾਂ ਦੇ ਨਾਲ ਆਪਣਾ ਮਨ ਯਾਨੀ ਰਾਸਤਾ ਜਿਹੜਾ ਹੀ ਉਹਨਾਂ ਦੇ ਨਾਲ ਯੋਗਯੁਕਤ ਹੋਣ ਦਾ ਹੋਰ ਕੋਈ ਨਹੀਂ ਹੈ ਪੂਜਾ ਪਾਠ ਇਹ ਉਹ ਨਹੀਂ ਮਨ ਲਗਾਉਣ ਦਾ ਹੀ ਪੂਰੀ ਗੱਲ ਮਨ ਮਨਾ ਭਵ ਮਨ ਮੇਰੇ ਸਾਥ ਲਗਾਓ ਇਸੇ ਬਾਬਾ ਦੇ ਮਾਵਾ ਜੀ ਜੀ ਉਹ ਅਗਰ ਅਸੀਂ ਥੋੜਾ ਸਮਝ ਕਰਕੇ ਔਰ ਆਪਣੇ ਮਨ ਨੂੰ ਸ਼ਿਵ ਬਾਬਾ ਦੇ ਨਾਲ ਲਗਾਈਏ ਇਕ ਸਾਨੂੰ ਹਰ ਆਤਮਾ ਨੂੰ ਵਰਦਾਨ ਹੈ ਹਰ ਇੱਕ ਨੂੰ ਜੀ ਕਿ ਇੱਥੇ ਬੈਠੇ ਦੂਰ ਦੀ ਚੀਜ਼ ਜਿਹੜੀ ਆ ਉਹਦੇ ਬਾਰੇ ਸੋਚਦੇ ਆ ਔਰ ਉਹਨੂੰ ਅਸੀਂ ਆਪਣੇ ਮਨ ਦੇ ਤੀਸਰੇ ਨੇਤਰ ਨਾਲ ਦੇਖ ਰਹੇ ਆ ਦੇਖ ਵੀ ਸਕਦੇ ਆ ਤੇ ਇਸ ਕਰਕੇ ਪਰਮਾਤਮਾ ਪਿਤਾ ਨੂੰ ਸ਼ਿਵ 바ਵਾ ਨੂੰ ਆਪਣੇ ਮਨ ਦੇ ਤੀਸਰੇ ਨੇਤਰ ਨਾਲ ਦੇਖਦੇ ਹੋਏ ਔਰ ਉਹਨਾਂ ਦੇ ਨਾਲ ਦਿਲ ਹੀ ਦਿਲ ਚ ਗੱਲ ਕਰਦੇ ਹੋਏ ਕਿ ਅਸੀਂ ਆਤਮਾ ਜੋਤੀ ਸਰੂਪ ਸੇ ਬਾਬਾ ਤੁਹਾਡੀ ਸੰਤਾਨ ਹੈਗੇ ਆ ਤੁਹਾਡੇ ਬੱਚੇ ਹੈਗੇ ਆ ਔਰ ਅਨਾਦੀ ਬੱਚੇ ਆ ਅਵਿਨਾਸ਼ੀ ਬੱਚੇ ਆ ਹੁਣ ਸਾਨੂੰ ਸਮਝ ਆਈ ਔਰ ਕਿਉਂਕਿ ਅਸੀਂ ਤੁਹਾਡੇ ਬੱਚੇ ਆ ਤੇ ਫਿਰ ਸਾਡੇ ਚ ਉਹ ਤੁਹਾਡੇ ਸੰਸਕਾਰ ਜਿਹੜੇ ਆ ਜਿਹਦੇ ਵਾਸਤੇ ਤੁਸੀਂ ਸਾਰੀ ਦੁਨੀਆ ਚ ਯਾਦ ਕੀਤੇ ਜਾਂਦੇ ਹੋ ਤੁਸੀਂ ਪ੍ਰੇਮ ਔਰ ਸ਼ਾਂਤੀ ਦੇ ਸਾਗਰ ਤੇ ਤੁਹਾਡੀ ਸੰਤਾਨ ਅਸੀਂ ਆਤਮਾ प्रेम स्वरूप शांत स्वरूप है प्रेम स्वरूप शांत स्वरूप आत्मा है प्रेम स्वरूप शांत स्वरूप आत्मा है,